ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਵੱਲ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗਵਾਈ, ਦੇਖ ਕੇ ਅਨਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਇਰਸ਼ਾਦ ਕਾਮਿਲ ਦੇਵੀ ਮਖਸੂਸਪੁਰੀ, ਬਹੁਤ ਜਿਹੜੇ ਲੋਕ ਨੇ ਉਹ ਵੀ ਇੱਥੇ ਪਹੁੰਚੇ ਨੇ, ਹੋਰ ਵੀ ਪਰਿਵਾਰ ਦੇ ਲੋਕ ਜਿਹੜੇ ਤੁਹਾਨੂੰ ਮਦਦ ਕਰ ਰਹੇ ਨੇ, ਇਰਸ਼ਾਦ ਕਾਮਿਲ ਵੀ ਇੱਥੇ ਪਹੁੰਚੇ ਨੇ। ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ। ਇਰਸ਼ਾਦ ਜੀ, ਬਹੁਤ ਬੜੀ ਇੱਕ ਲੋਸ ਕਹਿ ਸਕਦੇ ਹਾਂ ਪੰਜਾਬੀ ਜਗਤ ਨੂੰ। ਹਾਂ, ਮਤਲਬ ਲੋਸ ਤਾਂ ਹੈ ਹੀ ਹੈ, ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਇਸ ਲੋਸ ਨੂੰ ਬਿਆਨ ਕਰਨ ਵਾਸਤੇ। ਕਿਵੇਂ ਦੀ ਤੁਹਾਡੀ ਸਾਂਝ ਪੁਰਾਣੀ ਸੀ, ਔਰ ਇੱਕ ਅਜਿਹੀ ਸ਼ਖਸੀਅਤ ਜਿਹਨੇ ਪੰਜਾਬੀ ਦੀ ਇੱਕ ਆਫਟਰ ਸ਼ਿਵ ਕੁਮਾਰ ਬਟਾਲਵੀ ਜੀ ਆਪਾਂ, ਮੇਰੀ ਤਾਂ 4 ਦਿਨ ਪਹਿਲਾਂ ਗੱਲ ਹੋਈ ਸੀ ਉਹਨਾਂ ਨਾਲ ਜਿਸ ਸਿਲਸਿਲੇ ਦੇ ਵਿੱਚ, ਪਰ ਚਲੋ ਜੋ ਰੱਬ ਨੂੰ ਮਨਜ਼ੂਰ ਹੈ ਉਹ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਉਹਨਾਂ ਦਾ ਹੀ ਨਾਂ ਹੈ ਜਿਹਨਾਂ ਨੂੰ ਜਨਤਾ ਪਸੰਦ ਕੀਤਾ ਹੈ, ਜਿਹਨਾਂ ਨੂੰ ਜਨਤਾ ਨੇ ਇੰਨਾ ਮੋਹ ਦਿੱਤਾ, ਪਿਆਰ ਦਿੱਤਾ। ਕਲਾਸ ਵੱਲ ਇਹ ਜਿਹੜਾ ਇਹ ਛੱਡ ਕੇ ਗਏ ਨੇ, ਤੁਹਾਨੂੰ ਲੱਗਦਾ ਕਿ ਹੁਣ ਸਾਂਭ ਦੀ ਲੋੜ ਹੈ? ਬਿਲਕੁਲ ਲੋੜ ਹੈ, ਸਾਡੇ ਵਿਰਸੇ ਨੂੰ ਸਾਂਭਣ ਦੀ ਲੋੜ ਹੈ, ਇਹਨਾਂ ਵਰਗੇ ਬੰਦਿਆਂ ਦੀ ਬਹੁਤ ਲੋੜ ਹੈ। ਜਦ ਕਿਸੇ ਵੀ ਸਾਹਿਤਕਾਰ ਦੀ, ਕਿਸੇ ਕਵੀ ਦੀ ਦਾ ਚਲਾਉਣਾ ਹੁੰਦਾ ਤਾਂ ਸਿਰਫ ਸਾਹਿਤ ਦਾ ਹੀ ਨੁਕਸਾਨ ਨਹੀਂ ਹੁੰਦਾ, ਸਮਾਜ ਦਾ ਨੁਕਸਾਨ ਹੁੰਦਾ। ਇਹ ਸਮਾਜ ਦਾ ਨੁਕਸਾਨ ਹੈ, ਸਾਨੂੰ ਚੰਗੇ ਬੰਦੇ ਦਾ ਉਹੀ ਜਾਣਾ, ਚੰਗੀ ਆਤਮਾ ਦਾ ਜਾਣਾ ਬਹੁਤ ਵੱਡਾ ਲਾਸ। ਕਲਾਸ ਵਾਲੀ ਨੇ ਬੜਾ ਦੌਰ ਦੇਖਿਆ, ਹਰ ਦੌਰ ਦੇਖਿਆ, ਚਾਹੇ 70s ਦੀ ਗੱਲ ਕਰੀਏ, 2024 ਚੱਲ ਰਿਹਾ ਹੈ ਨਾ, ਆਪਣੇ ਆਪ ਨੂੰ ਸਾਂਭ ਕੇ ਆਪਣੀ ਸੋਚ ਨੂੰ ਅੱਗੇ ਰੱਖਣਾ ਇੱਕ ਵੱਡਾ ਚੈਲੰਜ ਵੀ ਹੁੰਦਾ ਹੈ ਇਹੋ ਜਿਹੇ ਸ਼ਖਸੀਅਤ ਲਈ। ਨਹੀਂ, ਆਫਕੋਰਸ, ਮਤਲਬ ਉਹ ਹਰੇਕ ਹਾਲਾਤਾਂ ਨਾਲ ਵੀ ਲੜਦੇ ਰਹੇ ਅਤੇ ਆਪਣੇ ਸਾਹਿਤ ਨੂੰ ਆਪਣਾ ਨਿਖਾਰਦੇ ਵੀ ਰਹੀ ਹੈ, ਤਾਂ ਵੱਡੀ ਗੱਲ ਤਾਂ ਹੈ ਹੀ ਆ। ਤਾਂ ਬੜੇ ਗਮਗੀਨ ਨੇ ਇਰਸ਼ਾਦ ਕਾਮਿਲ ਹੋਣੀ ਵੀ, 4 ਦਿਨ ਪਹਿਲਾਂ ਗੱਲ ਹੋਈ ਹੈ, ਔਰ ਸ਼ਵ ਯਾਤਰਾ ਜਿਹੜੀ ਹੈਗੀ ਉਹਨਾਂ ਦੀ ਉਹ ਇੱਥੋਂ ਚੱਲੇਗੀ, ਔਰ ਮਾਡਲ ਟਾਊਨ ਜਿਹੜਾ ਹੈਗਾ ਕ੍ਰਿਮੇਸ਼ਨ ਹੋਏਗਾ। ਔਰ ਜਿੱਦਾਂ ਗੱਲ ਕੀਤੀ ਕਿ ਇੱਕ ਬਹੁਤ ਵੱਡਾ ਲੋਸ ਹੈ ਪੰਜਾਬੀ ਸਾਹਿਤ ਨੂੰ, ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਜੇ ਕੋਈ ਸ਼ਖਸ ਸੀਗਾ, ਜਿਹੜੀ ਕੋਈ ਸ਼ਖਸੀਅਤ ਸੀਗੀ, ਉਹ ਸੀਗੇ ਸੁਰਜੀਤ ਪਾਤਰ, ਹੁਣੀ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ, ਇੱਕ ਬਹੁਤ ਵੱਡਾ ਨਾਂ ਪੰਜਾਬੀ ਸਾਹਿਤ ਵਿੱਚ, ਔਰ ਗਮਗੀਨ ਨੇ, ਔਰ ਜਿਹੜੇ ਆਪਣੇ ਪਿੱਛੇ ਉਹ ਵਿਰਾਸਤ ਛੱਡ ਕੇ ਗਏ ਨੇ, ਪੰਜਾਬੀ ਸੱਭਿਆਚਾਰ ਦੀ ਵਿਰਾਸਤ ਛੱਡ ਕੇ ਗਏ ਨੇ, ਜਿੱਦਾਂ ਇਰਸ਼ਾਦ ਕਾਮਿਲ ਉਹਨਾਂ ਨੇ ਕਿਹਾ ਕਿ ਉਹਨੂੰ ਸਾਂਭ ਦੀ ਲੋੜ ਹੈ, ਉਹਨੂੰ ਸੰਭਾਲਣ ਦੀ ਲੋੜ ਹੈ, ਤਾਂ ਸ਼ਵ ਯਾਤਰਾ ਜਿਹੜੀ ਹੈਗੀ ਹੈ ਉਹ ਸ਼ੁਰੂ ਹੋ ਗਈ ਹੈ, ਔਰ ਕਾਫ਼ੀਲਾ ਇੱਥੋਂ ਸ਼ਵ ਯਾਤਰਾ ਜਿਹੜਾ ਹੈਗਾ ਉਹ ਲੋਕ ਗਮਗੀਨ ਨੇ ਆਪਣੇ ਉਸ ਸ਼ਖਸ ਨੂੰ, ਆਪਣੇ ਉਸ ਉਹਨੂੰ ਲੋਕ ਨੂੰ, ਆਪਣੇ ਉਸ ਪਿਆਰੇ ਇਨਸਾਨ ਨੂੰ ਅੱਜ ਆਪਣੀ ਅੰਤਿਮ ਸ਼ਰਧਾਂਜਲੀ ਦੇਣ ਲਈ ਉਮੜੇ ਹੋਏ ਨੇ। ਤਾਂ ਇਹ ਜਿਹੜੀ ਵੈਨ ਤੁਸੀਂ ਦੇਖ ਰਹੇ ਹੋ ਇਸ ਸ਼ਵ ਯਾਤਰਾ ਵਿੱਚ, ਇਹ ਸ਼ਵ ਯਾਤਰਾ ਜਿਹੜੀ ਹੈਗੀ ਹੈ ਸ਼ੁਰੂ ਹੋ ਚੁੱਕੀ ਘਰ ਤੋਂ ਲੁਧਿਆਣਾ, ਔਰ ਉੱਥੋਂ ਹੁਣ ਮਾਡਲ ਟਾਊਨ ਜਿਹੜਾ ਹੈਗਾ ਕ੍ਰਿਮੇਸ਼ਨ ਹੋਏਗਾ। ਸ਼ਵ ਯਾਤਰਾ ਸ਼ੁਰੂ ਹੋ ਚੁੱਕੀ ਹੈ ਗੁਰਜੋਤ, ਔਰ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਾਂ। ਸੁਰਜੀਤ ਪਾਤਰ, ਡਾਕਟਰ ਸੁਰਜੀਤ ਪਾਤਰ, ਇੱਕ ਵੱਡਾ ਨਾਮ ਪੰਜਾਬੀ ਸਾਹਿਤ ਵਿੱਚ, ਪੰਜਾਬ ਦੀ ਸਾਹਿਤ ਜਗਤ ਦਾ ਅੱਜ ਇੱਕ ਸਿਤਾਰਾ, ਬੇਸ਼ੱਕ ਸਰੀਰਕ ਤੌਰ 'ਤੇ ਨਹੀਂ ਅੱਜ ਉਹ ਰਹੇ ਨੇ, ਲੇਕਿਨ ਉਹਨਾਂ ਦੀ ਜਿਹੜੀ ਦੇਣ ਹੈ ਪੰਜਾਬੀ ਸਾਹਿਤਕ ਨੂੰ, ਪੰਜਾਬੀ ਸੱਭਿਆਚਾਰ ਨੂੰ, ਆਪਣੀ ਕਵਿਤਾਵਾਂ ਨਾਲ, ਆਪਣੀ ਸ਼ਾਇਰੀ ਨਾਲ, ਉਹ ਹਮੇਸ਼ਾ ਰਹੇਗੀ। ਹੁਣ ਇਰਸ਼ਾਦ ਕਾਮਿਲ ਨਾਲ ਗੱਲ ਕਰ ਰਹੇ ਸੀ, ਇਰਸ਼ਾਦ ਕਾਮਿਲ ਨੇ ਇੱਕ ਗੱਲ ਕਹੀ ਹੈ ਕਿ ਜਿਹੜਾ ਦੌਰ, ਜੋ ਵੀ ਦੌਰ ਉਹਨਾਂ ਨੇ ਦੇਖਿਆ, ਉਹ ਇੱਕ ਡਟੇ ਰਹੇ ਆਪਣੀ ਸੋਚ ਨਾਲ, ਆਪਣੀ ਕਵਿਤਾਵਾਂ ਨਾਲ। ਉਹ ਦੌਰ ਝੱਲਣਾ ਵੀ ਹਰ ਕੋਈ ਨਹੀਂ ਝੱਲ ਸਕਦਾ, ਔਰ ਨਾਲ ਇੱਕ ਹੋਰ ਗੱਲ ਬੜੀ ਇੰਪੋਰਟੈਂਟ ਉਹਨਾਂ ਨੇ ਦੱਸੀ ਕਿ ਸੁਰਜੀਤ ਪਾਤਰ ਇੱਕ ਇਹੋ ਜਿਹੀ ਸ਼ਖਸੀਅਤ ਸ਼ਿਵ ਕੁਮਾਰ ਬਟਾਲੀ ਤੋਂ ਬਾਅਦ ਜਿਨ੍ਹਾਂ ਦਾ ਨਾਮ ਅਮਰ ਰਹੇਗਾ, ਔਰ ਉਹਨਾਂ ਦੀ ਜਿਹੜੀ ਦੇਣ ਹੈ ਉਹਨੂੰ
ਸਾਂਭਣ ਦੀ ਲੋੜ ਹੈ, ਸੰਭਾਲ ਦੀ ਲੋੜ ਹੈ। ਹੁਣ ਅੱਗੇ ਜਿਹੜੀ ਦੇਣ ਉਹ ਦੇ ਕੇ ਗਏ ਨੇ, ਵਾਕਈ ਇੱਕ ਵੱਡਾ ਦੇਣ ਹੈ ਉਹਨਾਂ ਦਾ ਪੰਜਾਬੀ ਸੱਭਿਆਚਾਰਕ ਨੂੰ, ਪੰਜਾਬੀ ਸਾਹਿਤਯ ਜਗਤ ਨੂੰ। ਅੱਜ ਉਹਨਾਂ ਦੇ ਘਰ ਦੇ ਬਾਹਰ ਜਿਹੜੇ ਵੀ ਲੋਕ ਨੇ, ਅਥਰੂ ਨੇ ਉਹਨਾਂ ਦੀ ਅੰਜਾ ਉਹਨਾਂ ਦੀ ਅੱਖਾਂ ਵਿੱਚ, ਉਹ ਸਾਂਝ ਜਿਹੜੀ ਸੀਗੀ ਉਹਨਾਂ ਦੀ ਡਾਕਟਰ ਸੁਰਜੀਤ ਪਾਤਰ ਉਹਨਾਂ ਨਾਲ, ਇੱਕ ਇੱਕ ਬੰਦੇ ਦੀ ਸਾਂਝ। ਅਸੀਂ ਕਈ ਸੀਨੀਅਰ ਜਰਨਲਿਸਟ ਉੱਥੇ ਆਏ ਹੋਏ ਸੀਗੇ, ਉਹਨਾਂ ਦੇ ਕੋਈ ਜਾਣ ਪਛਾਣ ਵਾਲੇ ਆਏ ਹੋਏ ਸੀਗੇ। ਦੇਬੀ ਮਖਸੂਸਪੁਰੀ ਵੱਡਾ ਨਾਮ ਹੈ ਪੰਜਾਬੀ ਗਾਇਕੀ ਵਿੱਚ ਔਰ ਆਪਣੀ ਸ਼ਾਇਰੀ ਵਿੱਚ, ਉਹਨਾਂ ਦੀ ਅੱਖਾਂ ਵੀ ਨਮ ਸੀਗੀਆਂ, ਬੋਲ ਨਹੀਂ ਪਾ ਰਹੇ ਸੀਗੇ। ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿ ਕਿੰਨਾ ਵੱਡਾ ਇੱਕ ਘਾਟਾ ਪੰਜਾਬੀ ਸਾਹਿਤਕ ਜਗਤ ਨੂੰ ਪਹੁੰਚਿਆ ਹੈ। ਔਰ ਸ਼ਵ ਯਾਤਰਾ ਜਿਹੜੀ ਸ਼ੁਰੂ ਹੋ ਚੁੱਕੀ ਹੈ, ਤਸਵੀਰਾਂ ਤੁਸੀਂ ਦੇਖ ਰਹੇ ਹੋ, ਔਰ ਪੂਰਾ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ ਹੈ, ਔਰ ਭਗਵੰਤ ਮਾਨ ਸੀ ਐਮ ਪੰਜਾਬ ਉਹ ਵੀ ਪਹੁੰਚਣਗੇ ਕ੍ਰਮੇਸ਼ਨ ਵਿੱਚ। ਇੱਥੋਂ ਆਸ਼ਾਪੁਰੀ ਜਿਹੜਾ ਇਲਾਕਾ ਹੈ, ਉੱਥੋਂ ਇਹ ਸ਼ਵ ਯਾਤਰਾ ਸ਼ੁਰੂ ਹੋਈ ਹੈ ਅਤੇ 2 ਕਿਲੋਮੀਟਰ ਦਾ ਫਾਸਲਾ ਹੈ ਮਾਡਲ ਟਾਊਨ ਐਕਸਟੈਂਸ਼ਨ, ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ। ਲਾਈਵ ਤਸਵੀਰਾਂ ਤੁਸੀਂ ਦੇਖਦੇ ਰਹੋ, ਪਰਿਵਾਰ ਇਸ ਸ਼ਵ ਯਾਤਰਾ ਜਿਹੜੀ ਹੈਗੀ ਹੈ, ਪਰਿਵਾਰ ਵੈਨ ਵਿੱਚ ਮੌਜੂਦ ਨੇ, ਉਹਨਾਂ ਦੇ ਬੇਟੇ ਔਰ ਉਹਨਾਂ ਦੀ ਪਤਨੀ, ਔਰ ਕਾਫੀ ਗਮਗੀਨ ਮਾਹੌਲ ਹੈ। ਐਡੀ ਵੱਡੀ ਸ਼ਖਸੀਅਤ ਜਿਹਨੇ ਪੰਜਾਬ ਨੂੰ ਇੰਨਾ ਮੁਕਾਮ ਦਿੱਤਾ ਉਹਨਾਂ ਦੀ ਆਪਣੀ ਕਵਿਤਾਵਾਂ, ਆਪਣੀ ਸ਼ਾਇਰੀ ਦੇ ਨਾਲ, ਅੱਜ ਉਹ ਸ਼ਖਸ ਨਹੀਂ ਰਿਹਾ ਇਸ ਦੁਨੀਆ ਦਾ ਕਾਲ ਚਲਾਣਾ ਜਿਹੜਾ ਹੋਇਆ, ਔਰ ਵਾਕਈ ਇੱਕ ਬਹੁਤ ਵੱਡਾ ਘਾਟਾ ਹੈ। 2 ਕਿਲੋਮੀਟਰ ਦਾ ਫਾਸਲਾ ਹੈ ਮਾਡਲ ਟਾਊਨ, ਜਿੱਥੇ ਕ੍ਰਮੇਸ਼ਨ ਹੋਣੀ ਹੈ। ਤਸਵੀਰ ਜਿਹੜੀ ਤੁਸੀਂ ਲੱਗੀ ਹੋਈ ਦੇਖ ਰਹੇ ਹੋ ਡਾਕਟਰ ਸੁਰਜੀਤ ਪਾਤਰ ਦੀ, ਔਰ ਇਹ ਸ਼ਵ ਵਾਹਨ ਹੈ, ਔਰ ਇਹਦੇ ਵਿੱਚ ਪਰਿਵਾਰ ਮੌਜੂਦ ਹੈ, ਔਰ ਇੱਕ ਯੁੱਗ ਦਾ ਜਿਹੜਾ ਕਹਿ ਰਿਹਾ ਕਿ ਅੰਤ ਹੋਇਆ ਹੈ, ਯੁੱਗ ਦਾ ਅੰਤ ਹੋਇਆ ਹੈ। ਜੇ ਇਰਸ਼ਾਦ ਕਾਮਿਲ ਨੂੰ ਅਸੀਂ ਸੁਣਿਆ, ਦੇਬੀ ਮਖਸੂਸਪੁਰੀ ਦੀ ਅੱਖਾਂ ਅਸੀਂ ਭਰੀ ਹੋਈ ਦੇਖੀਆਂ ਨੇ, ਹੋਰ ਉਹਨਾਂ ਦੇ ਜਿਹੜੇ ਸਾਹਿਤਕ ਜਗਤ ਦੇ ਜਾਣਨ ਵਾਲੇ ਸੀਗੇ ਉਹ ਇੱਥੇ ਅੱਜ ਗਮਗੀਨ ਨੇ, ਅੱਖਾਂ 'ਚ ਹੰਝੂ ਨੇ, ਅਥਰੂ ਨੇ ਅੱਜ। ਔਰ ਕਿਉਂਕਿ ਸ਼ਖਸ ਇਹੋ ਜਿਹਾ ਸੀਗੀ, ਸ਼ਖਸੀਅਤ ਇਹੋ ਜਿਹੀ ਸੀਗੀ ਜਿਹਨੇ ਇੱਕ ਪੰਜਾਬੀ ਸਾਹਿਤਕ ਜਗਤ ਨੂੰ, ਸ਼ਿਵ ਕੁਮਾਰ ਬਟਾਲੀ ਤੋਂ ਬਾਅਦ ਜੇ ਕਿਸੇ ਦਾ ਨਾਮ ਆਏਗਾ ਉਹ ਆਏਗਾ ਡਾਕਟਰ ਸੁਰਜੀਤ ਪਾਤਰ ਹੋਣਾ ਦਾ। ਆਪਣੀ ਸ਼ਾਇਰੀ ਨੂੰ, ਆਪਣੀ ਲੇਖਣੀ ਨੂੰ ਇੰਨਾ ਇਸ ਮੁਕਾਮ ਤੱਕ ਲਿਆ ਕੇ ਦਿੱਤਾ ਕਿ ਪੰਜਾਬੀ ਜਗਤ ਦਾ ਇੱਕ ਇਹੋ ਜਿਹਾ ਸਿਤਾਰਾ ਜਿਹਨੂੰ ਲੋਕ ਸਾਰੀ ਜ਼ਿੰਦਗੀ ਯਾਦ ਕਰਨਗੇ। ਔਰ ਜਿੱਦਾਂ ਇਰਸ਼ਾਦ ਕਾਮਿਲ ਨਾਲ ਜਦੋਂ ਅਸੀਂ ਗੱਲ ਕਰ ਰਹੇ ਸੀ, ਉਹਨਾਂ ਨੇ ਦੱਸਿਆ ਕਿ 4 ਦਿਨ ਪਹਿਲਾਂ ਹੀ ਗੱਲ ਹੋਈ ਸੀ ਉਹਨਾਂ ਦੀ ਡਾਕਟਰ ਸੁਰਜੀਤ ਪਾਤਰ ਹੋਣਾ ਨਾਲ, ਲੇਕਿਨ ਪਤਾ ਨਹੀਂ ਸੀ ਵੀ ਉਹ ਇੰਨੀ ਛੇਤੀ ਉਹ ਛੱਡ ਕੇ ਚਲੇ ਜਾਣਗੇ। ਕਾਰਡੀਕ ਅਰੈਸਟ ਜਦੋਂ ਹੋਇਆ ਤਾਂ ਇੱਕ ਮਾਹੌਲ ਗਮਗੀਨ ਦਾ ਹੈ। ਸ਼ਵ ਯਾਤਰਾ ਜਿਹੜੀ ਹੈਗੀ ਹੈ ਉਹ ਹਲੇ ਕ੍ਰਮਿਸ਼ਨ ਗਰਾਊਂਡ ਵੱਲ ਵੱਧ ਰਹੀ ਹੈ, ਪੁਲਿਸ ਪ੍ਰਸ਼ਾਸਨ ਦੇ ਬਕਾਇਦਾ ਇੰਤਜ਼ਾਮ ਨੇ, ਸੀਐਮ ਭਗਵੰਤ ਮਾਨ ਵੀ ਕੁਛ ਦੇਰ ਵਿੱਚ ਉੱਥੇ ਪਹੁੰਚਣਗੇ ਕਿਉਂਕਿ 11 ਵਜੇ ਦਾ ਟਾਈਮ ਦਿੱਤਾ ਹੋਇਆ। ਸ਼ਵ ਯਾਤਰਾ ਨਿਕਲ ਚੁੱਕੀ ਹੈ ਔਰ 11 ਵਜੇ ਦਾ ਟਾਈਮ ਕ੍ਰਮਿਸ਼ਨ ਦਾ ਹੈ, ਔਰ ਆਪਣੇ ਹਰਮਨ ਪਿਆਰੇ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ, ਪਰਿਵਾਰ ਦੇ ਇਲਾਵਾ ਜਿਹੜਾ ਇੱਕ ਉਹਨਾਂ ਦਾ ਸਾਹਿਤਕ ਜਗਤ ਦੀ ਸਾਂਝ ਸੀਗੀ, ਉਹਨਾਂ ਨੂੰ ਜਾਣਨ ਵਾਲੇ ਲੋਕ ਸੀਗੇ, ਉਹ ਇੱਥੇ ਉਮੜ ਕੇ ਆਏ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸ਼ਵ ਵਾਹਨ ਜੀ ਹੈ ਜਿਹੜਾ ਹੈਗਾ ਉਹ ਕ੍ਰਮਿਸ਼ਨ ਗਰਾਊਂਡ ਵੱਲ ਵੱਧ ਰਿਹਾ। ਔਰ ਜੇ ਆਪਾਂ ਗੱਲ ਕਰੀਏ ਡਾਕਟਰ ਸੁਰਜੀਤ ਪਾਤਰ ਦੀ, ਤਾਂ ਇਰਸ਼ਾਦ ਕਾਮਿਲ ਨੇ ਇੱਕ ਹੋਰ ਗੱਲ ਦੱਸੀ ਕਿ ਹਰ ਚੁਣੌਤੀ ਨੂੰ ਉਹ ਆਪਣੇ ਤਰੀਕੇ ਨਾਲ ਸਹਿਨ ਕਰਦੇ ਸੀਗੇ, ਹਰ ਚੁਣੌਤੀ ਨਾਲ ਲੜਦੇ ਸੀਗੇ, ਆਪਣੀ ਸੋਚ, ਆਪਣੀ ਲੇਖਣੀ, ਆਪਣੀ ਸ਼ਾਇਰੀ, ਆਪਣੀ ਕਵਿਤਾ ਨੂੰ ਜ਼ਿੰਦਾ ਰੱਖਿਆ, ਹਰ ਮਾਹੌਲ ਵਿੱਚ ਉਹਨਾਂ ਨੇ ਜ਼ਿੰਦਾ ਰੱਖਿਆ। ਕਈ ਸੀਨੀਅਰ ਜਰਨਲਿਸਟ ਉਹਨਾਂ ਨਾਲ ਗੱਲ ਹੋਈ, ਪੁਰਾਣੇ ਦੋਸਤ ਸੀਗੇ ਉਹਨਾਂ ਦੇ, ਉਹਨਾਂ ਨਾਲ ਗੱਲ ਹੋਈ ਕਿ ਉਹ ਹਮੇਸ਼ਾ ਲੋਕ ਪੱਖੀ ਗੱਲ ਕਰਦੇ ਸੀਗੇ, ਹਮੇਸ਼ਾ ਲੋਕਾਂ ਦੇ ਨਾਲ ਉਹ ਖੜ੍ਹਦੇ ਸੀਗੇ। ਕਈ ਦੌਰ ਦੇਖੇ, ਭਾਵੇਂ ਫਾਰਮਰ ਪ੍ਰੋਟੈਸਟ ਦੀ ਗੱਲ ਕਰੀਏ, ਭਾਵੇਂ ਜੰਤਰ ਮੰਤਰ ਦੀ ਗੱਲ, ਧਰਨਿਆਂ ਦੀ ਗੱਲ ਕਰੀਏ, ਜਾਂ ਹੁਣ ਪਹਿਲਵਾਨਾਂ ਦਾ ਜ਼ਿਕਰ ਕਰੀਏ, ਯਾਨੀ ਕਿ ਹਰ ਜਿਹੜਾ ਵੀ ਅੰਦੋਲਨ ਹੋਇਆ ਉਹ ਆਪਣੀ ਸੋਚ ਉਹਨਾਂ ਨੇ ਖੁੱਲ੍ਹ ਕੇ ਬਿਆਨ ਕੀਤੀ ਹੈ। ਤਾਂ ਇਹ ਸੁਰਜੀਤ ਪਾਤਰ ਉਹਨਾਂ ਦਾ ਇੱਕ ਰੁਤਬਾ ਸੀਗਾ। ਤਾਂ ਲੰਬਾ ਕਾਰਾਂ ਦੇ ਜਿਹੜੇ ਉਹਨਾਂ ਦੇ ਜਾਣਨ ਵਾਲੇ, ਤੁਸੀਂ ਦੇਖ ਰਹੇ ਹੋ ਕਿ ਰੋਡ 'ਤੇ ਕਾਫੀ ਲਾਈਸ ਟਾਈਮ ਕ੍ਰਮਿਸ਼ਨ ਗਰਾਊਂਡ ਵੱਲ ਵੱਧ ਚੁੱਕਾ ਹੈ। ਕੁਛ ਹੀ ਦੇਰ ਵਿੱਚ ਉਹ ਪਹੁੰਚਣਗੇ, ਔਰ ਸੀਐਮ ਭਗਵੰਤ ਮਾਨ ਸਹਿਤ ਕਈ ਰਾਜਨੀਤਿਕ ਹਸਤੀਆਂ ਦੇ ਪਹੁੰਚਣ ਦੀ ਵੀ ਉਮੀਦ ਹੈ। ਤੁਸੀਂ ਜ਼ਿਕਰ ਕੀਤਾ ਕਿਉਂਕਿ ਸਾਹਿਤਕ ਜਗਤ ਤੋਂ ਬਿਲੋਂਗ ਕਰਦੇ ਸੀਗੇ, ਤਾਂ ਦੇਬੀ ਮਖਸੂਸਪੁਰੀ
ਹੋਰ ਕਈ ਪੰਜਾਬੀ ਬੋਲੀਵੁੱਡ ਦੇ ਲੋਕ ਵੀ ਇੱਥੇ ਨਜ਼ਰ ਆ ਸਕਦੇ ਨੇ। ਔਰ ਰਾਜਨੀਤਿਕ ਹਸਤੀਆਂ ਦੀ ਗੱਲ ਕਰੀਏ, ਕਿਉਂਕਿ ਅੱਜ ਨੋਮੀਨੇਸ਼ਨ ਦਾ ਵੀ ਦਿਨ ਹੈਗਾ, ਤਾਂ ਸੀਐਮ ਭਗਵੰਤ ਮਾਨ ਪਹੁੰਚ ਰਹੇ ਨੇ, ਕੁਛ ਹੀ ਦੇਰ 'ਚ ਪਹੁੰਚਣਗੇ। ਔਰ ਉਸ ਤੋਂ ਇਲਾਵਾ ਵੀ ਕਈ ਰਾਜਨੀਤਿਕ ਜਿਹੜੀ ਹਸਤੀਆਂ ਨੇ ਉਹ ਇੱਥੇ ਨਜ਼ਰ ਆਉਣਗੀਆਂ। ਔਰ ਉਹਨਾਂ ਦੇ ਜਿਹੜੇ ਪਰਿਵਾਰਿਕ ਮਿੱਤਰ ਨੇ, ਕਈ ਲੋਕਾਂ ਨੇ ਸਾਂਝ ਕੀਤੀ ਹੈ, ਕਈ ਲੋਕਾਂ ਨੇ ਆਪਣੀ ਯਾਦ ਸਾਂਝਾ ਕੀਤੀਆਂ। ਔਰ ਹਰ ਕੋਈ ਕੋਲ ਆਪਣੀ ਆਪਣੀ ਕਹਾਣੀ ਹੈ, ਉਹਨਾਂ ਦੀ ਯਾਦਾਂ ਦਾ ਇੱਕ ਪਿਟਾਰਾ ਹਰ ਕੋਈ ਕਿਸੇ ਬੰਦੇ ਕੋਲ ਹੈ। ਹਰ ਕੋਈ ਅੱਜ ਯਾਦ ਕਰਨਾ ਚਾਹੁੰਦਾ ਉਹ ਪਲ, ਉਹ ਵਕਤ ਜਿਹੜਾ ਉਹਨਾਂ ਨੇ ਡਾਕਟਰ ਸੁਰਜੀਤ ਪਾਤਰ ਹੋਰਾਂ ਨਾਲ ਬਿਤਾਇਆ। ਤਾਂ ਕਾਰਾਂ ਦਾ ਜਿਹੜਾ ਕਾਫਿਲਾ ਤੁਸੀਂ ਦੇਖੋ ਕਿ ਅੱਜ ਡਾਕਟਰ ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਲਈ ਨਿਕਲਿਆ। ਔਰ ਕੁਛ ਹੀ ਦੇਰ ਵਿੱਚ ਇੱਥੇ ਨਜ਼ਰ ਆਉਣਗੇ ਕਈ ਲੋਕ, ਇੱਥੇ ਤੁਹਾਨੂੰ ਦੇਖਣਗੇ ਲੰਬਾ ਕਾਰਾਂ ਦਾ ਕਾਫਿਲਾ, ਸ਼ਵ ਵਾਹਨ ਅੱਗੇ ਨਿਕਲ ਚੁੱਕਿਆ। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ, ਸੀਐਮ ਭਗਵੰਤ ਮਾਨ ਇੱਥੇ ਪਹੁੰਚੇ ਨੇ ਔਰ ਮੁਹੰਮਦ ਸਦੀਕ ਵੀ ਇੱਥੇ ਨਜ਼ਰ ਆਉਣਗੇ, ਤੁਹਾਨੂੰ ਸੰਤ ਸੀਚੇਵਾਲ ਨਜ਼ਰ ਆਉਣਗੇ। ਸੀਐਮ ਭਗਵੰਤ ਮਾਨ ਨੇ ਕੰਧਾ ਦਿੱਤਾ ਹੈ ਅਰਥੀ ਨੂੰ, ਰੀਤ ਦੇ ਰਹੇ ਨੇ। ਔਰ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਸੀਐਮ ਭਗਵੰਤ ਮਾਨ ਨੂੰ, ਅਤੇ ਲਾਈਵ ਤਸਵੀਰਾਂ ਨਿਊਜ਼ 18 ਪੰਜਾਬ ਦੇ ਸੀਐਮ ਭਗਵੰਤ ਮਾਨ ਇੱਥੇ ਪਹੁੰਚ ਚੁੱਕੇ ਨੇ, ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ, ਮੁਹੰਮਦ ਸਦੀਕ ਇੱਥੇ ਪਹੁੰਚੇ ਨੇ, ਸੰਤ ਸੀਚੇਵਾਲ ਇੱਥੇ ਪਹੁੰਚੇ ਨੇ, ਹੋਰ ਵੀ ਕਾਫੀ ਸ਼ਖਸੀਅਤਾਂ ਜਿਹੜੀ ਹੈਗੀਆਂ ਉਹ ਇੱਥੇ ਨਜ਼ਰ ਤੁਹਾਨੂੰ ਆ ਰਹੀਆਂ ਨੇ। ਔਰ ਕਾਫੀ ਮਾਹੌਲ ਹੈ ਔਰ ਤੁਹਾਨੂੰ ਤਸਵੀਰਾਂ ਰਾਹੀਂ ਦੇਖ ਰਹੇ ਹੋ। ਕ੍ਰਿਮੇਸ਼ਨ ਗਰਾਊਂਡ ਦੇ ਨੇ ਮਾਡਲ ਟਾਊਨ ਦੀਆਂ, ਜਿੱਥੇ ਪਾਰਥਿਵ ਦੇਹ ਪਹੁੰਚੀ ਹੈ ਔਰ ਕੁਛ ਹੀ ਦੇਰ ਵਿੱਚ ਇੱਥੇ ਜਿਹੜਾ ਹੈਗਾ ਉਹ ਅੰਤਿਮ ਸੰਸਕਾਰ ਕੀਤਾ ਜਾਏਗਾ। ਸੀਐਮ ਭਗਵੰਤ ਮਾਨ ਇੱਥੇ ਮੌਜੂਦ ਨੇ, ਤਸਵੀਰਾਂ ਤੁਸੀਂ ਦੇਖ ਰਹੇ ਹੋ ਲਾਈਵ, ਔਰ ਸੰਤ ਸੀਚੇਵਾਲ ਹੁਣੇ ਇੱਥੇ ਮੌਜੂਦ ਨੇ, ਮੁਹੰਮਦ ਸਦੀਕ ਇੱਥੇ ਪਹੁੰਚੇ ਨੇ ਔਰ ਸੀਐਮ ਭਗਵੰਤ ਮਾਨ ਨੇ ਕੰਧਾ ਦਿੱਤਾ ਹੈ ਅਰਥੀ ਨੂੰ। ਔਰ ਬਾਕੀ ਜਿਹੜੇ ਸਾਹਿਤਕ ਜਗਤ ਦੇ ਕਈ ਲੋਕ ਨੇ ਉਹ ਇੱਥੇ ਪਹੁੰਚੇ ਨੇ।